5 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ, ਇਸ ਦੇ ਬਾਰੇ ਜਾਣਕਾਰੀ ਲਈ ਕਾਲ 408-272-2500 ਦੇ ਉੱਤੇ, ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਇਹਨਾਂ ਦੇ ਕੋਲੋਂ ਕਿਸੇ ਵੀ ਮੇਕ ਮਾਡਲ ਦੇ ਤੁਸੀਂ ਟ੍ਰੇਲਰਸ ਖਰੀਦ ਸਕਦੇ ਹੋ, ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-9698 ਦੇ ਉੱਤੇ। ਜੀ, ਅਤੇ ਸਰੋਤਿਓ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਜਿਸ ਤਰ੍ਹਾਂ ਆਪਾਂ ਕੱਲ੍ਹ ਦੱਸਿਆ ਵੀ ਸੀ ਵੀ ਪ੍ਰੈਜੀਡੈਂਟ ਡੋਨਲਡ ਟਰੰਪ ਪਹਿਲਾਂ ਕਹਿੰਦੇ ਵੀ ਬਾਰਡਰ ਬੰਦ ਕਰ ਦੇਣਾ ਆ, ਫਿਰ ਥੋੜ੍ਹਾ ਜਿਹਾ ਪਿੱਛੇ ਹਟੇ ਸੀ ਅਤੇ ਅੱਜ ਉਹ ਬਾਰਡਰ ਦੇ ਉੱਤੇ ਪਹੁੰਚ ਵੀ ਰਹੇ ਆ, ਯੂ ਐੱਸ ਮੈਕਸੀਕੋ ਦੇ ਬਾਰਡਰ 'ਤੇ। ਪਰ ਲੇਟੈਸਟ ਖਬਰਾਂ ਇਹ ਆ ਰਹੀਆਂ ਵੀ ਜਿਹੜੇ ਟਰੱਕਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਹੁਣ ਬਾਰਡਰ ਦੇ ਉੱਤੇ ਵੇਟ ਕਰਨੀ ਪੈ ਰਹੀ ਆ। ਮੈਕਸੀਕੋ ਵੱਲੋਂ ਜਿਹੜੇ ਟਰੱਕਰਸ ਯੂ ਐੱਸ ਏ ਨੂੰ ਆ ਰਹੇ ਆ, 12-12 ਘੰਟੇ ਉਹਨਾਂ ਨੂੰ ਹੁਣ ਕਹਿੰਦੇ ਵੀ ਉੱਥੇ ਵੇਟ ਕਰਨੀ ਪੈ ਰਹੀ ਆ, ਅਤੇ ਇਹਦਾ ਇਮੀਜੀਏਟ ਇਫੈਕਟ ਆਲਰੇਡੀ ਪੈਣਾ ਸ਼ੁਰੂ ਹੋ ਗਿਆ। ਕਹਿੰਦੇ ਵੀ ਫੂਡ ਦੇ ਉੱਤੇ ਪ੍ਰਾਈਸਿਸ ਅੱਪ ਜਾ ਸਕਦੀਆਂ, ਫੂਡ ਜਿਹੜਾ ਆ ਉਹ ਖਾਸ ਕਰਕੇ ਐਵਾਕਾਡੋਜ਼ ਵਗੈਰਾ ਜਿਹੜੇ ਆਉਂਦੇ ਆ ਉੱਥੋਂ, ਕੁਕੰਬਰਸ ਆਉਂਦੀਆਂ ਆ, ਉਹਨਾਂ ਦੀ ਸ਼ੋਰਟੇਜ ਹੋ ਸਕਦੀ ਆ। ਸੋ ਉੱਥੋਂ ਜਿਹੜਾ ਮਾਲ ਆਉਣਾ ਆ ਉਹ ਇੰਨਾ ਡਿਲੇ ਹੋ ਗਿਆ, ਉਹ ਤੋਂ ਅੱਗੇ ਜਿਹੜੇ ਹੋਰ ਟਰੱਕਰਸ ਆ ਉਹਨਾਂ ਨੂੰ ਵੀ ਜਿਹੜਾ ਅਸਰ ਪੈਣਾ ਆ। ਸੋ ਇਹਦਾ ਮੇਨ ਰੀਜ਼ਨ ਇਹ ਹੋਇਆ ਵੀ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 750 ਦੇ ਕਰੀਬ ਜਿਹੜੇ ਬਾਰਡਰ ਕਰੋਸਿੰਗ ਵਰਕਰ ਸੀਗੇ ਉਹਨਾਂ ਨੂੰ ਅਸਾਈਲਮ ਜਿਹੜੇ ਲੋਕ ਸੀਕਰਸ ਹੈਗੇ ਆ ਉਹਨਾਂ ਵੱਲ ਜਿਹੜਾ ਉੱਥੋਂ ਚੇਂਜ ਕਰਕੇ ਲਾ ਦਿੱਤਾ, ਜਿਹਦੇ ਨਾਲ ਜਿਹੜੇ ਕਮਰਸ਼ੀਅਲ ਜਿੰਨੇ ਵੀ ਟਰੱਕਰਸ ਆਉਂਦੇ ਆ ਉੱਥੇ ਜਿਹੜੀ ਚੈਕਿੰਗ ਪੁਆਇੰਟ 'ਤੇ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਬਹੁਤ ਘੱਟ ਗਏ ਹੈਗੇ ਆ, ਕਿਉਂਕਿ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਪੋਲੀਟੀਕਲ ਅਸਾਈਲਮ ਅਪਲਾਈ ਕਰ ਰਹੇ ਹੈਗੇ ਆ, ਉੱਧਰੋਂ ਜਿਹੜੇ ਗੋਟਮਾਲਾ ਤੋਂ, ਹੋਂਡਰਾਸ ਤੋਂ, ਉਹਨਾਂ ਮੁਲਕਾਂ ਤੋਂ ਆ ਰਹੇ ਆ, ਅਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਚਾਹੁੰਦਾ ਆ ਵੀ ਉਹਨਾਂ ਦਾ ਜਿਹੜਾ ਉੱਥੇ ਹੀ ਜਿਹੜਾ ਸਾਰਾ ਕੁਛ ਐਪਲੀਕੇਸ਼ਨ ਵਗੈਰਾ ਜੋ ਵੀ ਆ ਉਹ ਪ੍ਰੋਸੈਸ ਕੀਤੀ ਜਾਵੇ। ਸੋ ਇਹ ਅੱਜ ਲੇਟੈਸਟ ਖਬਰ ਆ ਰਹੀ ਆ ਵੀ ਜਿਹੜੇ ਕਮਰਸ਼ੀਅਲ ਵਹੀਕਲ ਇੰਸਪੈਕਸ਼ਨ ਪੁਆਇੰਟ ਹੈਗਾ ਨੋਗਲਸ ਜਿਹੜਾ ਬਾਰਡਰ ਹੈਗਾ ਉੱਥੇ ਬਹੁਤ ਜ਼ਿਆਦਾ ਜਿਹੜਾ ਡਿਲੇ ਚੱਲ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਇਸ ਦਾ ਅਸਰ ਜਿਹੜਾ ਚੌਂਸ਼ ਫੇਰੇ ਜਿਹੜਾ ਪੈਣਾ, ਅਤੇ ਜਿਹੜੇ ਟਰੱਕਰਸ ਉੱਧਰਲੇ ਪਾਸੇ ਵੇਟ ਵੀ ਕਰਦੇ ਹੋਣਗੇ ਜਿਹੜਾ ਲੋਡ ਚੱਕਣ ਦੇ ਲਈ, ਉਹਨਾਂ ਨੂੰ ਵੀ ਹੁਣ ਲੰਬਾ ਸਮਾਂ ਇੰਤਜ਼ਾਰ ਜਿਹੜਾ ਉੱਥੇ ਕਰਨਾ ਪੈ ਸਕਦਾ ਆ। ਸੋ ਇਹ ਸੋਚ ਕੇ ਹੀ ਜਿਹੜਾ ਜਿਹੜੇ ਉਹ ਬਾਰਡਰ ਵਾਲੇ ਪਾਸਿਓਂ ਆਪਣਾ ਚੱਕਦੇ ਹੁੰਦੇ ਨੇ ਲੋਡ, ਉਹ ਦੇਖ ਕੇ ਚੱਲਣ ਵੀ ਸਮਾਂ ਜਿਹੜਾ ਉੱਥੇ ਵਾਧੂ ਲੱਗ ਸਕਦਾ। ਜਿੱਦਾਂ ਤੁਸੀਂ ਦੱਸਿਆ ਵੀ ਘੰਟਿਆਂ ਬੱਧੀ ਜਿਹੜਾ ਆ ਇੰਤਜ਼ਾਰ ਕਰਨਾ ਪੈ ਰਿਹਾ ਬਾਰਡਰ ਕਰੋਸਿੰਗ ਦੇ ਉੱਤੇ ਉਹਨਾਂ ਨੂੰ। ਸੋ ਬਿਲਕੁਲ, ਅਮੈਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਵਾਰਨਿੰਗ ਦਿੱਤੀ ਆ, ਕਹਿੰਦੇ ਵੀ ਜੇ ਬਾਰਡਰ ਇਹ ਸ਼ਟਡਾਊਨ ਹੋ ਜਾਂਦਾ ਖਾਸ ਕਰਕੇ ਕਮਰਸ਼ੀਅਲ ਟਰੱਕਰਸ ਵਾਲਾ, ਤਾਂ $18 million ਦਾ ਹਰ ਰੋਜ਼ ਜਿਹੜਾ ਘਾਟਾ ਯੂ ਐੱਸ ਏ 'ਚ ਪਵੇਗਾ। ਬਿਲਕੁਲ। ਉੱਦਾਂ ਵੈਸੇ ਜਿੱਦਾਂ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਉਹਨਾਂ ਨੇ ਹੁਣ 1 ਸਾਲ ਦੀ ਵਾਰਨਿੰਗ ਦਿੱਤੀ ਹੋਈ ਆ, ਕਹਿੰਦੇ ਮੈਂ ਹੁਣ ਬਿਲਕੁਲ ਬਾਰਡਰ ਉਸੇ ਵਕਤ ਤਾਂ ਨਹੀਂ ਬੰਦ ਕੀਤਾ ਜਾ ਰਿਹਾ, ਪਰ 1 ਸਾਲ ਦੀ ਜਿਹੜੀ ਵਾਰਨਿੰਗ ਮੈਕਸੀਕੋ ਨੂੰ ਦਿੱਤੀ ਆ ਵੀ ਜਿਹੜੇ ਉੱਧਰੋਂ ਗੈਂਗ ਮੈਂਬਰਸ ਅਤੇ ਜਿਹੜੇ ਇੱਦਾਂ ਦੇ ਬੰਦੇ ਆਉਂਦੇ ਆ ਅਤੇ ਇਲੀਗਲ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਨੂੰ ਰਾਹ ਦੇ ਦੇਣੀ ਆ ਉਹ ਬੰਦ ਕਰੇ, ਨਹੀਂ ਤਾਂ ਬਾਅਦ ਦੇ ਵਿੱਚ ਜਿਹੜੇ ਸਖਤ ਕਦਮ ਜਿਹੜੇ ਆ ਉਹ ਚੁੱਕੇ ਜਾ ਸਕਦੇ ਆ। ਥੋੜ੍ਹੀ ਜਿਹੀ ਨਰਮੀ ਉਹਨਾਂ ਨੇ ਮੈਕਸੀਕੋ ਦੇ ਉੱਤੇ ਇੰਨੀ ਕੁ ਦਿਖਾਈ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਸ਼ਿਕਾਗੋ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੰਪਾਇਰ ਇੱਕ ਦਾ ਐਕਟਰ ਜਿਹੜਾ ਸੀਗਾ ਜੈਸੀ ਸਮੋਲਟ, ਉਸਨੇ ਇਹ ਦਾਅਵਾ ਕੀਤਾ ਸੀਗਾ ਵੀ ਮੇਰੇ ਉੱਤੇ ਜਿਹੜੇ ਲੋਕਾਂ ਨੇ ਹਮਲਾ ਕੀਤਾ, ਨਸਲੀ ਭੇਦਭਾਵ ਵਾਲਾ ਹਮਲਾ ਕੀਤਾ, ਪਰ ਬਾਅਦ ਦੇ ਵਿੱਚ ਇਹੀ ਪਤਾ ਲੱਗਾ ਵੀ ਉਸਨੇ ਖੁਦ ਹੀ ਉਹ ਸਾਰਾ ਕੁਛ ਕਰਵਾਇਆ ਸੀ। ਅਤੇ ਉਸ ਦੇ ਉੱਤੇ ਜਿਹੜੀਆਂ ਆ ਕਈ ਫੈਲਣੀ 16 ਫੈਲਣੀ ਜਿਹੜੇ 16 ਚਾਰਜਸ ਜਿਹੜੇ ਵੱਖ ਵੱਖ ਜਿਹੜੇ ਉਹ ਲਾਏ ਗਏ ਸੀਗੇ, ਪਰ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ DA ਆ ਉਹਨਾਂ ਨੇ ਇਸ ਨੂੰ ਡਰੋਪ ਕਰ ਦਿੱਤਾ ਸੀ। ਅਤੇ ਕਹਿੰਦੇ ਅੱਜ ਅਖੀਰਲਾ ਦਿਨ ਸੀਗਾ ਉਸਨਾਂ ਜਿਹੜਾ ਜੈਸੀ ਸਮੋਲਟ ਨੂੰ ਕਿਹਾ ਗਿਆ ਸੀਗਾ ਵੀ ਜਿਹੜਾ $130,000 ਦਾ ਜਿਹੜਾ ਇਨਵੈਸਟੀਗੇਸ਼ਨ ਦੀ ਕੋਸਟ ਆਈ ਆ ਵੀ ਉਹ ਸਿਟੀ ਆਫ ਸ਼ਿਕਾਗੋ ਨੂੰ ਤੂੰ ਉਹ ਕਰਦਾ ਆ ਵੀ ਇਸ ਨੂੰ ਤੂੰ ਵਾਪਸ ਕਰੇ। ਆਈ ਥਿੰਕ ਇਹ ਉਸ ਦੀ ਡੀਲ ਦੇ ਵਿੱਚ ਸੀਗਾ ਵੀ ਜਿਹੜੇ ਚਾਰਜਿਸ ਡਰੋਪ ਕਰਨ ਦੇ ਉੱਤੇ, ਅਤੇ ਹੁਣ ਜਿਹੜਾ ਆ ਉਸ ਨੇ ਇਹ ਰਿਫਿਊਜ਼ ਕਰ ਦਿੱਤਾ ਆ ਇਹ ਡਾਲਰ ਵਾਪਸ ਦੇਣ ਤੋਂ,
ਮਨਾ ਕਰ ਦਿੱਤਾ ਆ। ਸੋ ਦੇਖਦੇ ਹਾਂ ਵੀ ਜੇ ਡੀਲ ਨੂੰ ਵਿੱਚੋਂ ਤੋੜਦਾ ਆ ਕਿ ਉਸ ਦੇ ਉੱਤੇ ਚਾਰਜਿਸ ਦੁਬਾਰਾ ਲਾਏ ਜਾਣਗੇ, ਪਰ ਆਈ ਥਿੰਕ ਇਹ ਮੁਸ਼ਕਲ ਹੋਊਗਾ ਇੱਕ ਵਾਰੀ ਜਦੋਂ ਚਾਰਜਿਸ ਡਰੋਪ ਕਰਨ ਤੋਂ ਬਾਅਦ ਦੇ ਵਿੱਚ। ਪਰ ਅਟਰਨੀਜ਼ ਦੇ ਕੋਲ ਕਈ ਤਰੀਕੇ ਦੇ ਅਖਤਿਆਰ ਜਿਹੜੇ ਆ ਉਹ ਹੁੰਦੇ ਨੇ। ਸੋ ਲੈਟਸ ਸੀ ਜਿਹੜਾ ਇਸ ਮਾਮਲੇ ਵਿੱਚ ਕੀ ਬਣਦਾ, ਅਤੇ ਉੱਥੋਂ ਦੀ ਉਹ ਜਿਹੜੀ ਅਟਰਨੀ ਹੈਗੀ ਆ ਉਹ ਚੰਗੇ ਇਸ ਟਾਈਮ ਤੱਤੇ ਪਾਣੀ ਦੇ ਵਿੱਚ ਇਸ ਟਾਈਮ ਘਿਰਦੀ ਜਾ ਰਹੀ ਆ, ਕਿਉਂਕਿ ਉਸਨੇ ਇਹ ਸਾਰਾ ਕੁਛ ਹੋਣ ਦੇ ਉੱਤੇ ਬਾਵਜੂਦ ਵੀ ਜਿਹੜੀ ਸਿਟੀ ਆਫ ਸ਼ਿਕਾਗੋ ਆ ਉੱਥੋਂ ਦੇ ਪੁਲਿਸ ਵਾਲੇ, ਉੱਥੋਂ ਦਾ ਇਨਫੈਕਟ ਜਿਹੜਾ ਮੇਅਰ ਆ ਉਹ ਵੀ ਬਹੁਤ ਜ਼ਿਆਦਾ ਨਿਰਾਸ਼ ਹੋਇਆ ਸੀ ਜਦੋਂ ਇਹਦੇ ਚਾਰਜਿਸ ਡਰੋਪ ਹੋਏ ਸੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਰੌਨ ਵੇਟੀਏਲੋ, ਜਿਨ੍ਹਾਂ ਨੂੰ ਨੋਮੀਨੇਟ ਕਰਨਾ ਸੀ ਆਈਸ ਦੇ ਲਈ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਲਈ, ਉਹ ਨੋਮੀਨੇਸ਼ਨ ਵਿਦਡਰਾਅ ਕਰਨ ਜਾ ਰਹੇ ਆ। 30 ਸਾਲਾਂ ਦਾ ਵੈਟਰਨ ਜਿਹੜਾ ਰੌਨ ਆ ਇਹ ਆਈਸ ਲਈ, ਹੋਮਲੈਂਡ ਸਿਕਿਉਰਿਟੀ ਲਈ ਕੰਮ ਕਰਦਾ ਰਿਹਾ। ਉਹ ਕਹਿੰਦੇ ਵੀ ਪ੍ਰੈਜੀਡੈਂਟ ਟਰੰਪ ਨੇ ਇਹ ਕਿਹਾ ਵੀ ਮੇਰਾ ਮੇਨ ਰੀਜ਼ਨ ਇਸ ਨੂੰ ਵਿਦਡਰਾਅ, ਇਹਦੀ ਹੀ ਉਹਦੀਆਂ ਸਰਵਿਸਿਜ਼ ਬਹੁਤ ਵਧੀਆ ਹੈਗੀਆਂ, ਪਰ ਜਿਹੜਾ ਯੂ ਐੱਸ ਆ ਉਹ ਹੁਣ ਇੱਕ ਸਖ਼ਤ ਸਟੈਂਡ ਵੱਲ ਜਾ ਰਿਹਾ ਇਮੀਗ੍ਰੇਸ਼ਨ ਵੱਲ। ਸੋ ਜਿਹੜਾ ਮੈਨੂੰ ਬੰਦਾ ਆ ਉਹ ਟੋਟਲੀ ਜਿਹੜਾ ਆ ਉਹ ਜਿਹੜਾ ਸਖ਼ਤ ਸਟੈਂਡ ਵਾਲਾ ਚਾਹੀਦਾ ਹੈਗਾ, ਇਸ ਕਰਕੇ ਉਹ ਨੋਮੀਨੇਸ਼ਨ ਵਿਦਡਰਾਅ ਕਰਨ ਜਾ ਰਹੇ ਹੈਗੇ ਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਵਾਈਟ ਹਾਊਸ ਕਹਿੰਦੇ ਇਸ ਟਾਈਮ ਸਾਰੇ ਜਿਹੜੇ ਆਪਣੇ ਜ਼ੋਰ ਲਾ ਰਹੀ ਹੈ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਕਿਸੇ ਨਾ ਕਿਸੇ ਤਰੀਕੇ ਉਸਨੂੰ ਰੋਕਿਆ ਜਾ ਸਕੇ, ਉਹ ਰਿਲੀਜ਼ ਨਾ ਹੋਣ। ਅਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਇੱਕ ਕਮੇਟੀ ਦੇ ਵੱਲੋਂ ਸਪੀਨਾ ਜਿਹੜਾ ਆ ਆਈ ਆਰ ਐੱਸ ਨੂੰ, ਇੰਟਰਨਲ ਜਿਹੜੀ ਰੈਵਨਿਊ ਸਰਵਿਸ ਆ ਉਸ ਨੂੰ ਘੱਲਿਆ ਆ ਵੀ ਇਹਨਾਂ ਦੇ ਜਿਹੜੇ ਟੈਕਸ ਰਿਟਰਨ ਪਿਛਲੇ 6 ਸਾਲਾਂ ਦੇ ਆ ਉਹ ਉਹਨਾਂ ਨੂੰ ਘੱਲੇ ਜਾਣ। ਅਤੇ ਉੱਧਰ ਜਿਹੜੇ ਇਹਨਾਂ ਦੇ ਹੈਗੇ ਨੇ ਵਾਈਟ ਹਾਊਸ ਦੇ ਮੇਨ ਸੈਕਰੇਟਰੀ, ਪ੍ਰੈਸ ਸੈਕਰੇਟਰੀ ਸੈਂਡਰਸ, ਉਹਨਾਂ ਨੇ ਇਹ ਆਖਿਆ ਆ ਵੀ ਰਾਈਟ ਨਾਓ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸਿਸ ਆ ਉਹ ਆਡਿਟ ਦੇ ਅਧੀਨ ਚੱਲ ਰਹੇ ਆ, ਅਤੇ ਇਸ ਦੇ ਚੱਲਦਿਆਂ ਇਹਨਾਂ ਨੂੰ ਰਿਲੀਜ਼ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ ਅਤੇ ਨਾ ਕੀਤਾ ਜਾਵੇ। ਅਤੇ ਰਾਸ਼ਟਰਪਤੀ ਟਰੰਪ ਨੇ ਵੀ ਖੁਦ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਨੂੰ ਇਸ ਦੇ ਵਿੱਚ ਆਉਣ ਦੇ ਲਈ ਆਖਿਆ ਆ ਵੀ ਇਸ ਦੇ ਉੱਤੇ ਕਿਤੇ ਨਾ ਕਿਤੇ ਰੋਕ ਲਾਈ ਜਾਵੇ। ਅਤੇ ਹੁਣ ਕਹਿੰਦੇ ਆ ਜਿਹੜੇ ਆਈ ਆਰ ਐੱਸ ਦੀ ਇੱਕ ਉੱਚੀ ਅਹੁਦਾ ਜਿਹੜਾ ਇਸ ਟਾਈਮ ਖਾਲੀ ਪਿਆ ਆ ਉਹ ਪ੍ਰਾਇਓਰਟੀ ਦੇ ਬੇਸ ਦੇ ਉੱਤੇ, ਟੋਪ ਪ੍ਰਾਇਓਰਟੀ ਦੇ ਬੇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਭਰਨਾ ਚਾਹੁੰਦੇ ਨੇ, ਤਾਂ ਜੋ ਉਹਨਾਂ ਦੇ ਕਿਤੇ ਟੈਕਸ ਰਿਟਰਨ ਆ ਉਹ ਲੋਕਾਂ ਦੇ ਹੱਥ ਦੇ ਵਿੱਚ ਜਿਹੜੇ ਨਾ ਆ ਜਾਣ। ਸੋ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਰਾਸ਼ਟਰਪਤੀ ਟਰੰਪ ਡਰੇ ਹੋਏ ਆ ਵੀ ਉਹਨਾਂ ਦੇ ਜਿਹੜੇ ਟੈਕਸ ਰਿਟਰਨ ਆ ਉਹ ਕਮੇਟੀ ਤੱਕ, ਜਿਹੜੇ ਡੈਮੋਕ੍ਰੇਟਸ ਆ ਉਹਨਾਂ ਤੱਕ ਉਹ ਨਾ ਪਹੁੰਚ ਜਾਣ। ਇਥੋਪੀਅਨ ਏਅਰਲਾਈਨ ਜਿਹੜੀ 737 ਮੈਕਸ ਜਿਹਦਾ ਜਹਾਜ਼ ਕ੍ਰੈਸ਼ ਹੋਇਆ ਸੀ ਜਿਹਦੇ ਵਿੱਚ 180 ਦੇ ਕਰੀਬ ਜਿਹੜੇ ਲੋਕ ਮਾਰੇ ਗਏ ਸੀ, ਉਹਦੀ ਹੁਣ ਖਬਰ ਆ ਰਹੀ ਆ ਵੀ ਜਦੋਂ ਉਹ ਕ੍ਰੈਸ਼ ਹੋਇਆ ਤਾਂ ਉਹਦੀ ਸਪੀਡ 575 ਮਾਈਲਸ ਪਰ ਆਵਰ ਸੀ, ਜੋ ਕਿ ਕਹਿੰਦੇ ਜਿਹੜੀ ਸਪੀਡ ਆ ਪਲੇਨ ਦੀ ਜਦੋਂ ਕਹਿੰਦੇ ਇਸ ਰੇਂਜ 'ਤੇ ਪਹੁੰਚ ਜਾਏ ਉਹ ਜਿਹੜੀ ਲੀਗਲ ਆ ਉਸ ਤੋਂ ਜ਼ਿਆਦਾ ਹੈਗੀ ਆ। ਪਰ ਉਹ ਕਹਿੰਦੇ ਇੰਨੀ ਜ਼ੋਰ ਦੇ ਨਾਲ ਉਸਨੇ ਧਰਤੀ ਨੂੰ ਹਿੱਟ ਕੀਤਾ ਅਤੇ 32 ਫੁੱਟ ਡੂੰਘਾ ਅਤੇ ਜਿਹੜਾ 92 ਫੀਟ ਚੌੜਾ ਅਤੇ 131 ਫੀਟ ਲੰਮਾ ਜਿਹੜਾ ਆ ਉੱਥੇ ਟੋਆ ਪੈ ਗਿਆ। ਸੋ ਕਹਿੰਦੇ ਇਸ ਸਪੀਡ ਦੇ ਉੱਤੇ ਜਦੋਂ ਜਹਾਜ਼ ਕ੍ਰੈਸ਼ ਹੁੰਦਾ ਅਤੇ ਉਹਦੇ ਵਿੱਚ ਜਿੰਨੀਆਂ ਵੀ ਸਵਾਰੀਆਂ ਆ ਉਹਨਾਂ ਦੀਆਂ ਸੀਟ ਬੈਲਟਾਂ ਟੁੱਟ ਕੇ ਅਤੇ ਜਿਹੜੇ ਲੋਕ ਆ ਕਹਿੰਦੇ ਵੀ ਉਹ ਹਵਾ ਦੇ ਵਿੱਚ ਉੱਡਣ ਵਾਲਾ ਉਹਨਾਂ ਦਾ ਅੰਦਰ ਦਾ ਮਾਹੌਲ ਆ ਵੇਟਲੈਸਨੈਸ ਕਰਕੇ, ਰਾਈਟ। ਸੋ ਬਹੁਤ ਹੀ ਜਿੱਦਾਂ ਕਹਿੰਦੇ ਜ਼ੋਰ ਦੇ ਨਾਲ ਜਿਹੜਾ ਇਹ ਜਹਾਜ਼ ਕ੍ਰੈਸ਼ ਹੋਇਆ, ਤੁਸੀਂ ਦੇਖੋ ਵੀ 32 ਫੁੱਟ ਡੂੰਘਾ ਜਿਹੜਾ ਟੋਆ ਉਹਦੇ ਨਾਲ ਪੈ ਗਿਆ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਵੀ ਇਸ ਟਾਈਮ ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਉੱਤੇ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਆ ਵੀ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਦੀ ਰਿਪੋਰਟ ਆ ਉਸ ਨੂੰ ਜਨਤਕ ਕੀਤਾ ਜਾਵੇ, ਉਹ ਵੀ ਅਨਰਿਡੈਕਟਿਡ। ਅਤੇ ਇਸ ਟਾਈਮ ਜਿਹੜੇ ਡੈਮੋਕ੍ਰੇਟਸ ਆ ਇਹ ਸੋਚ ਰਹੇ ਨੇ ਵੀ ਸ਼ਾਇਦ ਉਸ ਦੇ ਵਿੱਚ ਕੋਈ ਅਜਿਹੀ ਇਨਫੋਰਮੇਸ਼ਨ ਹੈਗੀ ਆ ਜਿਹੜੀ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਜਿਹੜੇ ਸਾਥੀ ਜਾਂ ਉਹਨਾਂ ਦੇ ਕੈਂਪੇਨ ਦੇ ਉੱਤੇ ਅਜਿਹੇ ਪ੍ਰਸ਼ਨ ਚਿੰਨ ਜਿਹੜੇ ਲਾ ਸਕਦੀ ਆ, ਜਿਸ ਕਰਕੇ ਆਉਣ ਵਾਲੀ ਹੋ ਸਕਦਾ ਸੰਭਾਵੀ 2020 ਦੀਆਂ ਇਲੈਕਸ਼ਨਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਕਾਫੀ ਖਤਰਾ ਇਸ ਦੇ ਕਰਕੇ ਬਣ ਸਕਦਾ ਆ। ਇਹੀ ਨਹੀਂ ਵੀ ਉਹਨਾਂ ਦੇ ਉੱਤੇ ਇੰਡਾਈਟਮੈਂਟ ਤੱਕ ਦੀ ਜਿਹੜੀ ਕੋਈ ਨੌਬਤ ਆ ਉਹ ਸੋਚ ਰਹੇ, ਡੈਮੋਕ੍ਰੇਟਸ ਇਹ ਸੋਚ ਰਿਹਾ ਵੀ ਉਹ ਆ ਸਕਦੀ ਆ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਆ ਰਹੇ ਹਾਂ ਵੀ ਜੇ ਵਾਕਿਆ ਹੀ ਇਹ ਰਿਪੋਰਟ ਰਾਸ਼ਟਰਪਤੀ ਟਰੰਪ ਨੂੰ ਐਗਜ਼ੋਨਰੇਟ ਕਰਦੀ ਆ, ਉਹਨਾਂ ਨੂੰ ਕਲੀਨ ਚਿੱਟ ਦਿੰਦੀ ਆ, ਤਾਂ ਫਿਰ ਇਹਨਾਂ ਨੂੰ ਕੀ ਸਮੱਸਿਆ ਆ ਰਹੀ ਆ ਵੀ ਇਹ ਅਨਡਾਇਰੈਕਟਡ ਰਿਪੋਰਟ ਜਿਹੜੀ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਕਰੇ। ਹਾਲ ਦੀ ਘੜੀ ਤਾਂ ਜਨਤਕ ਕਰਨ ਦੀ ਗੱਲ ਹੀ ਨਹੀਂ ਕਰ ਰਹੇ, ਸਿਰਫ ਤਾਂ ਸਿਰਫ ਕਾਂਗਰਸ ਦੇ ਸਾਹਮਣੇ ਇਹ ਪੂਰੀ ਰਿਪੋਰਟ ਨੂੰ ਪੇਸ਼ ਕਰ
ਕਰਨ ਦਾ ਜਿਹੜਾ ਰੌਲਾ ਰੱਪਾ ਆ ਉਹ ਪੈ ਰਿਹਾ ਅਤੇ ਇੱਕ ਸਿਆਸੀ ਜੰਗ ਜਿਹੜਾ ਇਹ ਬਣਦੀ ਜਾ ਰਹੀ ਆ। ਹੁਣ ਜੇ ਹੁਣ ਦੇਖੋ ਦੂਜੀਆਂ ਇਲੈਕਸ਼ਨ ਨੂੰ ਤਾਂ ਅਜੇ ਸਮਾਂ ਹੈਗਾ ਆ 2020 ਦੀਆਂ ਇਲੈਕਸ਼ਨਸ ਨੂੰ, ਉਸ ਤੋਂ ਪਹਿਲਾਂ ਪਹਿਲਾਂ ਇਸ ਰਿਪੋਰਟ ਨੂੰ ਕਾਂਗਰਸ ਦੇ ਵਿੱਚ ਪੇਸ਼ ਕੀਤਾ ਜਾ ਸਕੇਗਾ ਅਤੇ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਕਿੰਨੀ ਕੁ ਰਿਡੈਕਸ਼ਨ ਤੋਂ ਬਾਅਦ 'ਚ ਜਨਤਕ ਇਹ ਰਿਪੋਰਟ ਹੋਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ। ਸੋ ਜਾਂ ਤਾਂ ਫਿਰ ਇਹ ਬੜੀ ਲੌਂਗ ਗੇਮ ਖੇਡਦੇ ਆ ਵੀ ਡੈਮੋਕਰੇਟਾਂ ਨੂੰ ਜ਼ੋਰ ਲਵਾ ਲਓ ਇੱਕ ਵਾਰੀ ਸਾਰਿਆਂ ਦਾ ਸਾਰਾ ਵੀ ਬਾਅਦ ਦੇ ਵਿੱਚ ਲੋਕਾਂ ਨੂੰ ਇਹ ਕਹਿ ਸਕਣ ਵੀ ਦੇਖੋ ਸੀਗਾ ਕੁਛ ਵੀ ਨਹੀਂ ਅਤੇ ਤਾਂ ਵੀ ਐਵੇਂ ਇੰਨੀ ਮਗਰ ਪਏ ਸੀਗੇ ਅਤੇ ਜਾਂ ਵਾਕਿਆ ਹੀ ਕੁਛ ਅਜਿਹੀ ਚੀਜ਼ ਉਸ ਦੇ ਵਿੱਚ ਹੋ ਸਕਦੀ ਆ ਵੀ ਜਿਸ ਕਰਕੇ ਕੋਈ ਨਾ ਕੋਈ ਡੈਮੇਜ ਜਿਹੜਾ ਆ ਰਾਸ਼ਟਰਪਤੀ ਟਰੰਪ ਦੀ ਛਵੀ ਨੂੰ ਜਿਹੜਾ ਉਹ ਲੈ ਕੇ ਹੋ ਸਕਦਾ ਆ। ਕੱਲ੍ਹ ਆਪਾਂ ਜਿਹੜੀ ਖਬਰ ਕਵਰ ਕੀਤੀ ਸੀ ਜਿਹਦੇ ਵਿੱਚ ਇੱਕ ਜਿਹੜਾ 6 ਸਾਲਾਂ ਦਾ ਬੱਚਾ ਗੁਆਚ ਗਿਆ ਸੀ ਬਾਅਦ 'ਚ 8 ਸਾਲਾਂ ਬਾਅਦ ਲੱਭਿਆ ਅਤੇ ਉਹ ਬੰਦਾ ਕਹਿੰਦਾ ਵੀ ਮੈਂ ਹੀ ਟਿਮਥੀ ਪਿਟਸਨ ਆ, ਪਰ ਜਦੋਂ ਉਹਦਾ DNA ਟੈਸਟ ਕੀਤਾ ਗਿਆ ਤੇ ਉਹ ਡਿਫਰੈਂਟ ਬੰਦਾ ਨਿਕਲਿਆ, ਉਹਦਾ ਨਾਮ ਬ੍ਰਾਇਨ ਮਾਈਕਲ ਰਿੰਨੀ ਨਿਕਲਿਆ ਅਤੇ ਉਹਦਾ ਜਿਹੜਾ ਹੁਣ ਬ੍ਰਦਰ ਹੈਗਾ ਜੋਨਾਥਨ ਰਿੰਨੀ ਉਸਨੇ ਕਿਹਾ ਵੀ ਉਹਦਾ ਜਿਹੜਾ ਭਰਾ ਆ ਉਹ ਬਹੁਤ ਟੈਰੀਬਲ ਪਰਸਨ ਹੈਗਾ ਆ, ਉਸਨੇ ਬਹੁਤ ਹੀ ਗਲਤ ਜਿਹੜਾ ਇਹ ਮੀਡੀਆ ਦੇ ਵਿੱਚ ਖਬਰ ਦਿੱਤੀ ਹੈਗੀ ਆ ਜਿਹਦੇ ਨਾਲ ਜਿਹੜਾ ਐਕਚੁਅਲ ਬੱਚਾ ਜਿਹੜਾ ਗੁਆਚਿਆ ਸੀ ਉਸ ਦੇ ਪਰਿਵਾਰ ਨੂੰ ਜਿਹੜਾ ਆ ਹੁਣ ਬਹੁਤ ਜ਼ਿਆਦਾ ਨਮੋਸ਼ੀ ਸਹਿਣੀ ਪਈ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਦੁਬਾਰਾ ਕੇਸ ਫਿਰ ਉਹਨਾਂ ਦੀਆਂ ਜਿਹੜੀਆਂ ਯਾਦਾਂ ਰਿਮਾਇੰਡ ਕਰਾ ਦਿੱਤੀਆਂ ਹੈਗੀਆਂ ਆ ਅਤੇ ਪਰ ਇਹ ਬਹੁਤ ਹੀ ਜਿੱਦਾਂ ਮਾੜੀ ਗੱਲ ਉਸ ਦੇ ਭਰਾ ਨੇ ਕਿਹਾ ਵੀ ਕੀਤੀ ਹੈਗੀ। ਬਿਲਕੁਲ ਬਿਲਕੁਲ ਵੀ ਕਿ ਹੋਰ ਦਾ ਹੀ ਦਾਅਵਾ ਕਰੀ ਜਾਂਦਾ ਵੀ ਮੈਂ ਉਹ ਹਾਂ ਅਤੇ ਉਹ ਪਰਿਵਾਰ ਵਾਲੇ ਦੇਖੋ 8 ਸਾਲ ਹੋ ਗਏ ਅਜੇ ਤੱਕ ਇੰਤਜ਼ਾਰ ਦੇ ਵਿੱਚ ਨੇ ਉਸ ਬੱਚੇ ਦੀ ਜਿਹੜੀ ਭਾਲ ਆ ਉਹ ਕਰੀ ਜਾ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਆ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਸੀ ਕਿਸੇ ਨੇ ਦਾਅਵਾ ਕੀਤਾ ਸੀਗਾ ਉੱਧਰੋਂ ਵੀ ਜਿਹੜਾ ਜੂਲੀਅਨ ਅਸਾਂਜੇ ਵਿਕੀਲੀਕਸ ਦਾ ਜਿਹੜਾ ਫਾਊਂਡਰ ਹੈਗਾ ਆ ਵੀ ਉਸਨੂੰ ਇਕਵਾਡੋਰੀਅਨ ਜਿਹੜੀ ਅੰਬੈਸੀ ਆ ਲੰਡਨ ਦੇ ਵਿੱਚ ਵੀ ਉਸ ਦੇ ਵਿੱਚੋਂ ਕੁਛ ਘੰਟਿਆਂ ਜਾਂ ਦਿਨਾਂ ਦੇ ਵਿੱਚ ਉਸਨੂੰ ਬਾਹਰ ਕੱਢ ਦਿੱਤਾ ਜਾਵੇਗਾ, ਪਰ ਇਕਵਾਡੋਰ ਦੇ ਅਫੀਸ਼ੀਅਲਸ ਨੇ ਇਸ ਕਥਿਤ ਰਿਪੋਰਟ ਨੂੰ ਜਿਹੜਾ ਆ ਦਰਕਿਨਾਰ ਕੀਤਾ ਆ, ਖਾਰਜ ਕੀਤਾ। ਉਹ ਕਹਿੰਦੇ ਵੀ ਇਸ ਮੌਕੇ ਜਿਹੜਾ ਆਸਟ੍ਰੇਲੀਅਨ ਜੂਲੀਅਨ ਅਸਾਂਜੇ ਹੈਗਾ ਆ ਉਸ ਨੂੰ ਨਹੀਂ ਜਿਹੜਾ ਆ ਲੰਡਨ ਦੀ ਅੰਬੈਸੀ ਦੇ ਵਿੱਚ ਇਕਵਾਡੋਰ ਦੀ ਅੰਬੈਸੀ 'ਚੋਂ ਕੱਢਿਆ ਜਾਵੇਗਾ। ਇਹ ਵੀ ਜ਼ਿਕਰਯੋਗ ਗੱਲ ਹੈਗੀ ਆ, ਅਮਰੀਕਾ ਇਸ ਦੀ ਹਵਾਲਗਰੀ ਦੇ ਲਈ ਬੜੇ ਜੱਦੋਜਹਿਦ ਜਿਹੜੀ ਕਰ ਰਿਹਾ ਕਿਉਂਕਿ ਵਿਕੀਲੀਕਸ ਨੇ ਬਹੁਤ ਸਾਰੇ ਅਜਿਹੇ ਤੱਥ ਅਮਰੀਕਾ ਦੇ ਬਾਰੇ ਜਿਹੜੇ ਆ ਉਹ ਪੇਸ਼ ਕੀਤੇ ਆ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹਨਾਂ ਦਾ ਨੱਕ ਕਿਤੇ ਨਾ ਕਿਤੇ ਕੱਟਦੇ ਰਹੇ ਆ। ਅਤੇ ਇੱਕ ਜਿਹੜਾ ਹੋਰ ਚੈਲਸੀ ਮੈਨਿੰਗ ਜਿਹੜੀ ਅੱਜ ਕੱਲ੍ਹ ਹੁਣ ਬੀਬੀ ਬਣ ਗਈ ਆ ਉਸਨੇ ਵੀ ਇਸੇ ਦੇ ਹੀ ਪ੍ਰਭਾਵ ਅਧੀਨ ਆ ਕੇ ਕਹਿ ਲਓ ਜਾਂ ਇਸ ਦੀ ਮਦਦ ਕਰਦੇ ਹੋਏ ਬਹੁਤ ਸਾਰੇ ਮਿਲਟਰੀ ਦੇ ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਆ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਸ਼ੇਅਰ ਕੀਤੀ ਸੀਗੀ। ਸੋ ਹਾਲ ਦੀ ਘੜੀ ਇਕਵਾਡੋਰ ਦੇ ਵਿੱਚੋਂ ਇਹ ਰਿਪੋਰਟ ਆ ਰਹੀ ਆ ਵੀ ਇਹ ਜਿਹੜੀ ਖਬਰ ਬਿਲਕੁਲ ਝੂਠੀ ਆ ਵੀ ਉਸਨੂੰ ਇਕਵਾਡੋਰ ਦੀ ਅੰਬੈਸੀ 'ਚੋਂ ਬਾਹਰ ਕੱਢਿਆ ਜਾਵੇਗਾ। ਅਗਲੀ ਖਬਰ ਬਾਅਦ ਚੱਲੀਏ ਜਿਹੜੀ March 26, 2018 ਦੇ ਵਿੱਚ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਮੈਂਡੋਸੋਨੀ ਕਾਉਂਟੀ ਦੇ ਵਿੱਚ ਇੱਕ ਕਲਿਫ ਤੋਂ 2 ਲੇਡੀਜ਼ ਅਤੇ ਉਹਨਾਂ ਦੇ ਨਾਲ 6 ਬੱਚੇ ਸੀਗੇ ਉਹਨਾਂ ਦਾ ਕਹਿੰਦੇ ਉਸ ਟਾਈਮ ਦੇ ਉੱਤੇ ਐਕਸੀਡੈਂਟ ਹੋਇਆ ਸੀ ਜਿਹਦੇ ਨਾਲ ਉਹਨਾਂ ਦੀ ਕਾਰ ਜਿਹੜੀ ਆ ਇੱਕ ਚੋਟੀ ਤੋਂ ਥੱਲੇ ਸਮੁੰਦਰ ਦੇ ਵਿੱਚ ਡਿੱਗ ਪਈ ਸੀ ਅਤੇ ਉਹਨਾਂ ਦਾ ਹੁਣ ਜਿਹੜਾ ਆ ਇੱਕ ਕੇਸ ਚੱਲਦਾ ਸੀ ਜਿਹਦੇ ਸੰਬੰਧ ਦੇ ਵਿੱਚ ਜਿਹੜੀ ਯੂਰੀ ਆ ਉਹਨਾਂ ਨੇ ਯੂਨੈਨੀਮਸਲੀ ਜਿਹੜਾ ਇਹ ਡਿਸੀਜਨ ਦਿੱਤਾ ਆ ਵੀ ਜਿਹੜੀਆਂ ਦੋਨੋਂ ਲੇਡੀ ਸੀਗੀਆਂ ਜੈਨੀਫਰ ਅਤੇ ਸਰਾ ਹਾਰਟ 38 ਦੇ ਕਰੀਬ ਉਹਨਾਂ ਦੀ ਏਜ ਸੀ ਅਤੇ 6 ਬੱਚੇ ਸੀ ਜਿਨ੍ਹਾਂ ਦੀਆਂ ਏਜ 12 ਤੋਂ ਲੈ ਕੇ 19 ਸਾਲ ਤੱਕ ਸੀਗੀਆਂ ਉਹਨਾਂ ਨੇ ਜਾਣ ਕੇ ਜਿਹੜਾ ਆ ਇਹ ਸੂਸਾਈਡ ਕੀਤਾ ਸੀ। ਸੋ 6 ਬੱਚਿਆਂ ਨੂੰ ਵੀ ਮਾਰਿਆ ਅਤੇ ਆਪ ਵੀ ਉਹ ਦੋਨੋਂ ਮਰੀਆਂ ਅਤੇ ਕਲਿਫ ਤੋਂ ਜਿਹੜੀ ਕਾਰ ਆ ਉਹ ਉਹਨਾਂ ਨੇ ਸਿੱਟੀ ਹੈ ਪਿਛਲੇ ਸਾਲ ਕੈਲੀਫੋਰਨੀਆ 'ਚ ਹੋਇਆ ਸੀ ਜੀ। ਅਤੇ ਹਰਜੋਤ ਸਿੰਘ ਜੀ ਜਿੱਦਾਂ ਕਿਹਾ ਜਾ ਰਿਹਾ ਸੀਗਾ ਵੀ ਇਸ ਵੀਕਐਂਡ ਦੇ ਉੱਤੇ ਬੇ ਏਰੀਆ ਦੇ ਵਿੱਚ ਬਹੁਤ ਭਾਰੀ ਮੀਂਹ ਜਿਹੜਾ ਐਟਮੋਸਫੇਰਿਕ ਰਿਵਰ ਜਿਹੜੀ ਆ ਉਹ ਆ ਸਕਦੀ ਆ ਉਸ ਦੇ ਜਿਹੜੇ ਅਸਾਰ ਆ ਹੁਣ ਕਾਫੀ ਜ਼ਿਆਦਾ ਘੱਟ ਗਏ ਨੇ। ਨਦਰਨ ਕੈਲੀਫੋਰਨੀਆ ਦੇ ਵਿੱਚ ਉੱਥੇ ਕਾਫੀ ਜਿਹੜੀ ਆਲਰੇਡੀ ਮੀਂਹ ਪੈ ਰਿਹਾ ਆ ਪਰ ਆਪਣੇ ਇੱਧਰਲੇ ਇਲਾਕੇ ਦੇ ਵਿੱਚ ਬੇ ਏਰੀਆ ਦੇ ਵਿੱਚ ਅਤੇ ਉਸ ਦੇ ਇਸ ਗਿਰਦ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਜਿਹੜੇ ਮੀਂਹ ਦੀ ਸੰਭਾਵਨਾ ਹੁਣ ਕਾਫੀ ਜ਼ਿਆਦਾ ਘਟੀ ਹੋਈ ਆ ਜੋ ਕਿ ਇੱਕ ਕਹਿ ਲਓ ਵੀ ਚੰਗੀ ਗੱਲ ਵੀ ਹੈਗੀ ਆ ਵੀ ਕਿਉਂਕਿ ਲੋਕ ਕਿਤੇ ਨਾ ਕਿਤੇ ਜਦੋਂ ਜ਼ਿਆਦਾ ਮੀਂਹ ਪੈਂਦਾ ਉਦੋਂ ਵੀ ਤੰਗ ਆ ਜਾਂਦੇ ਨੇ ਜੀ। ਅਗਲੀ ਖਬਰ ਚੱਲੀਏ ਕਹਿੰਦੇ ਇੱਕ ਵਾਰੀ ਫਿਰ ਲੀਬੀਆ ਦੇ ਵਿੱਚ
ਉਤਲ ਫੁਤਲ ਹੋਣ ਜਾ ਰਿਹਾ ਆ ਲੀਬੀਆ ਦੇ ਵਿੱਚ। ਆਲਰੇਡੀ ਯੂ ਐਸ ਨੇ ਆਪਣੇ ਇੱਕ ਤਰ੍ਹਾਂ ਨਾਲ ਪਪਿਟ ਗਵਰਨਮੈਂਟ ਸੈਟਅਪ ਕੀਤੀ ਹੋਈ ਆ, ਅਤੇ ਹੁਣ ਇੱਕ ਹੋਰ ਯੂ ਐਸ ਦਾ ਹੀ ਸਿਟੀਜਨ ਜਿਹੜਾ ਹੈਗਾ ਆ ਉਹ ਯੂ ਐਸ ਦੀ ਬੈਕਡ ਗਵਰਨਮੈਂਟ ਜਿਹੜੀ ਲੀਬੀਆ 'ਚ ਹੈਗੀ ਆ ਉਹਨੂੰ ਥਰੋ ਕਰਨ ਜਾ ਰਿਹਾ ਹੈਗਾ ਆ। ਸੋ ਉੱਥੇ ਪੋਲੀਟੀਕਲੀ ਕਾਫੀ ਉੱਪਰ ਥੱਲੇ ਹੋ ਰਿਹਾ ਆ। ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਲੀਬੀਆ ਦੇ ਵਿੱਚ ਕੀ ਹੋਣ ਜਾ ਰਿਹਾ ਹੈਗਾ। ਜੀ ਜੀ, ਸੋ ਇਹ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਜਿਹੜਾ ਸਮਾਪਤੀ ਦੇ ਵੱਲ ਨੂੰ ਆ, ਅਤੇ ਕੱਲ੍ਹ ਨੂੰ ਜਿਹੜਾ ਜ਼ਰੂਰ ਦੱਸ ਜਾਏ ਵੀ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਦੇ ਨਾਲ ਲੈ ਕੇ ਜਿਹੜਾ ਆਪਾਂ ਅਪਡੇਟ ਅਮੈਰੀਕਾ ਹੈ ਉਹ ਹਾਜ਼ਰ ਹੋਵਾਂਗੇ। ਸੋ ਅਤੇ ਇੱਕ ਵਾਰੀ ਫਿਰ ਜਿਹੜਾ ਉਸ ਪ੍ਰੋਗਰਾਮ ਨੂੰ ਜ਼ਰੂਰ ਜਿਹੜਾ ਧਿਆਨ ਦੇ ਨਾਲ ਵੀ ਸੁਣਿਓ, ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੀ ਕੁਛ ਹੋ ਰਿਹਾ ਆ, ਵੀਜ਼ਾ ਬੁਲੇਟਿਨ ਵੀ ਜਿਹੜਾ ਉਸ ਦੇ ਵਿੱਚ ਉਸਦੀ ਆਪਾਂ ਜਾਣਕਾਰੀ ਆ ਉਹ ਤੁਸੀਂ ਆਪਾਂ ਸਾਂਝੀ ਕਰਾਂਗੇ। ਇੱਕ ਖਬਰ ਜ਼ਰੂਰ ਆਪਾਂ ਸਾਂਝੀ ਕਰਨੀ ਆ ਰਾਜਕੁਮਾਰ ਵੀਰ ਸਿੰਘ, ਜਿਹੜੀ ਮੀਸਲ ਕੇਸਿਸ ਦੀ ਹੈਗੀ ਆ। ਯੂਸੀ ਡੇਵਿਸ ਜਿਹੜਾ ਮੈਡੀਕਲ ਸੈਂਟਰ ਆ ਉਹਨਾਂ ਨੇ ਇਹ ਕਿਹਾ ਆ ਵੀ 200 ਦੇ ਕਰੀਬ ਲੋਕ ਜਿਹੜੇ ਨੌਰਦਰਨ ਕੈਲੀਫੋਰਨੀਆ 'ਚ ਜਿੱਥੇ ਆਪਾਂ ਰਹਿੰਦੇ ਹਾਂ ਉਹ ਲੋਕ ਜਿਹੜੇ ਆ ਮੀਸਲ ਦੇ ਨਾਲ ਅਫੈਕਟਡ ਹੈਗੇ ਆ, ਖਸਰਾ ਜਿਹਨੂੰ ਕਹਿ ਦਿੱਤਾ ਜਾਂਦਾ ਆ। ਸੋ ਇੱਕ 17 ਸਾਲਾਂ ਦੀ ਬੱਚੀ ਜਿਹੜੀ ਕਹਿੰਦੇ ਐਮਰਜੈਂਸੀ ਦੇ ਵਿੱਚ 2 ਵੀਕ ਪਹਿਲਾਂ ਆਈ ਸੀ ਉਹਨੂੰ ਵੀ ਜਿਹੜਾ ਮੀਸਲ ਦੇ ਕੇਸ ਜਿਹੜੇ ਆ ਉਹਦੇ ਤੋਂ ਜਿਹੜਾ ਪਤਾ ਚੱਲਿਆ। ਇਹ ਡਾਕਟਰ ਡੀਨ ਬਲੰਬਰਗ ਜਿਹੜੇ ਚੀਫ ਪੈਡਿਆਟ੍ਰਿਕ ਇਨਫੈਕਸ਼ਨ ਡਿਸੀਜ਼ ਦੇ ਹੈਗੇ ਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ, ਉਹਨਾਂ ਨੇ ਦੱਸਿਆ ਹੈਗਾ। ਸੋ ਇਹ ਕੇਸ ਕਾਫੀ ਜਿਹੜੇ ਇੱਕ ਤਰ੍ਹਾਂ ਦੇ ਨਾਲ ਐਕਸਪੈਂਡ ਹੋ ਰਿਹਾ ਹੈਗਾ। ਸੋ ਇਹਦੇ ਪਿੱਛੇ ਹਰਜੋਤ ਸਿੰਘ ਜੀ ਕਾਰਨ ਇਹ ਬਣਿਆ ਵੀ ਬਹੁਤ ਸਾਰੇ ਤਾਂ ਨਹੀਂ, ਕੁਛ ਕੁ ਜਿਹੜੇ ਚੁਨਿੰਦਾ ਜਿਹੜੇ ਲੋਕ ਆ ਜਿਹੜੇ ਉਹ ਐਂਟੀ ਵੈਕਸੀਨ ਜਿਹੜੀਆਂ ਵੈਕਸੀਨੇਸ਼ਨ ਆ ਉਹਨਾਂ ਦੇ ਖਿਲਾਫ ਹੋਏ ਪਏ ਆ ਵੀ ਅਸੀਂ ਜੀ ਨਿਆਣਿਆਂ ਨੂੰ ਵੈਕਸੀਨੇਸ਼ਨ ਜਿਹੜੀ ਉਹ ਨਹੀਂ ਲਵਾਉਣੀ, ਇਹਦੇ 'ਚ ਇਹ ਆ, ਇਹਦੇ 'ਚ ਉਹ ਆ, ਉਹਦੇ ਕਰਕੇ ਔਟਿਜ਼ਮ ਹੋ ਜਾਂਦਾ, ਐਵੇਂ ਬਗੈਰ ਮਤਲਬ ਤੋਂ ਹੀ ਜਿਹੜਾ ਉਹਨਾਂ ਨੇ ਰੌਲਾ ਪਾਇਆ ਆ। ਮੀਜ਼ਲਸ ਇੱਕ ਟਾਈਮ ਦੇ ਉੱਤੇ ਜਿਹੜਾ ਖਸਰਾ ਹੈ ਉਸਨੂੰ ਪੂਰੀ ਤਰ੍ਹਾਂ ਜਿਹੜਾ ਖਤਮ ਕੀਤਾ ਜਾ ਰਿਹਾ ਆ, ਖਤਮ ਕੀਤਾ ਗਿਆ ਹੀ ਸੀਗਾ ਆਲਮੋਸਟ, ਅਤੇ ਪਰ ਕੁਛ ਅਜਿਹੇ ਲੋਕ ਜਿਹੜੇ ਵੈਕਸੀਨੇਸ਼ਨ ਜਿਹੜੇ ਨਹੀਂ ਲਵਾ ਰਹੇ ਆਪਣੇ ਬੱਚਿਆਂ ਨੂੰ ਉਹ ਜਿਹੜਾ ਇੱਕ ਖਤਰੇ ਦਾ ਕਾਰਨ ਜਿਹੜਾ ਉਹ ਬਣਦੇ ਜਾ ਰਹੇ ਆ। ਅਮਰੀਕਾ ਦੇ ਵਿੱਚ ਆਲਰੇਡੀ ਜਿਹੜੇ ਸਕੂਲ ਸਿਸਟਮ ਦੇ ਵਿੱਚ ਉਹਨਾਂ ਬੱਚਿਆਂ ਨੂੰ ਨਹੀਂ ਐਡਮਿਟ ਕੀਤਾ ਜਾਂਦਾ ਜਿਹੜੇ ਵੈਕਸੀਨੇਸ਼ਨ ਜਿਨ੍ਹਾਂ ਦੀਆਂ ਨਹੀਂ ਹੋਈਆਂ ਹੁੰਦੀਆਂ। ਬ੍ਰਿਟੇਨ ਦੇ ਵਿੱਚ ਵੀ ਇੱਦਾਂ ਦਾ ਜਿਹੜਾ ਮਾਹੌਲ ਆ, ਯੂਰਪ ਦੇ ਕਈ ਮੁਲਕਾਂ ਦੇ ਵਿੱਚ ਇੱਦਾਂ ਦਾ ਮਾਹੌਲ ਬਣਦਾ ਜਾ ਰਿਹਾ ਵੀ ਲੋਕ ਵੈਕਸੀਨੇਸ਼ਨ ਦੇ ਖਿਲਾਫ ਆ। ਇਸੇ ਚੀਜ਼ ਨੂੰ ਦੇਖਦੇ ਹੋਏ ਹਰਜੋਤ ਸਿੰਘ ਜੀ ਫੇਸਬੁੱਕ ਨੇ ਇੱਕ ਚੰਗਾ ਕਦਮ ਜ਼ਰੂਰ ਚੱਕਿਆ ਸੀਗਾ ਵੀ ਜਿਹੜੇ ਐਂਟੀ ਵੈਕਸੀਨੇਸ਼ਨ ਵਾਲੇ ਜਿਹੜੇ ਹੈਗੇ ਉਹਨਾਂ ਦੇ ਜਿੰਨੇ ਪਲੇਟਫਾਰਮ ਆ ਉਹ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਬੰਦ ਕਰ ਰਹੇ ਹਾਂ ਕਿਉਂਕਿ ਇੱਕ ਮਿਸ ਇਨਫੋਰਮੇਸ਼ਨ ਡਿਸ ਇਨਫੋਰਮੇਸ਼ਨ ਜਿਹੜੀ ਆ ਉਹ ਲੋਕਾਂ ਤੱਕ ਪ੍ਰੋਵਾਈਡ ਕਰ ਰਹੇ ਆ ਬਗੈਰ ਮਤਲਬ ਤੋਂ, ਜਿਹੜੀ ਆ ਉਹਨਾਂ ਨੇ ਵੈਕਸੀਨੇਸ਼ਨ ਦੇ ਖਿਲਾਫ ਇੱਕ ਬਗੈਰ ਮਤਲਬ ਦੀ ਮੁਹਿੰਮ ਜਿਹੜੀ ਉਹ ਚਲਾਈ ਆ, ਕਿਉਂਕਿ ਥੋਟ ਐਂਡ ਪ੍ਰੇਅਰ ਮੀਜ਼ਲ ਦੇ ਸਾਹਮਣੇ ਇੱਦਾਂ ਜਿਹੜੇ ਉਹ ਚੱਲਦੇ ਨਹੀਂ। ਜਿਹੜੀ ਇੱਕ ਇੱਦਾਂ ਦਾ ਇਹ ਖਸਰਾ ਜਿਹੜਾ ਬਿਮਾਰੀ ਹੈ ਬਹੁਤ ਖਤਰਨਾਕ ਬਿਮਾਰੀ ਆ, ਬਹੁਤ ਬੱਚਿਆਂ ਦੀਆਂ ਜਿਹੜੀਆਂ ਜਾਨਾਂ ਇਹਦੇ ਕਰਕੇ ਜਾਂਦੀਆਂ ਰਹੀਆਂ ਆ। ਜਦੋਂ ਤੱਕ ਕਹਿੰਦੇ ਵੀ ਵੈਕਸੀਨੇਸ਼ਨ ਨਹੀਂ ਹੁੰਦਾ ਸੀ ਉਸ ਤੋਂ ਪਹਿਲਾਂ 400 ਤੋਂ 500 ਬੱਚਾ ਯੂ ਐਸ ਏ ਦੇ ਵਿੱਚ ਇਸ ਦੇ ਨਾਲ ਮਰਦਾ ਸੀਗਾ। ਸੋ 2007 ਦੇ ਵਿੱਚ ਇਹ ਪੂਰੀ ਤਰ੍ਹਾਂ ਐਲੀਮੀਨੇਟ ਕਰ ਦਿੱਤੀ ਗਈ ਸੀਗੀ ਮੀਸਲਸ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬਹੁਤ ਸਾਰੇ ਲੋਕ ਉਹ ਵੈਕਸੀਨੇਸ਼ਨ ਲਵਾਉਣ ਦੇ ਅਗੇਂਸਟ ਹੈਗੇ ਆ, ਕੋਈ ਆਪਣੇ ਆਪ ਨੂੰ ਧਰਮ ਦੇ ਨਾਲ ਜੋੜ ਰਿਹਾ, ਕੋਈ ਕੁਛ ਜੋੜ ਰਿਹਾ, ਪਰ ਜੇ ਕਹਿੰਦੇ ਇੱਕ ਤਰ੍ਹਾਂ ਨਾਲ ਫਿਰ ਵਾਰਨਿੰਗ ਆਈ ਆ ਵੀ ਕਹਿੰਦੇ ਵੀ ਅਸੀਂ ਉਸ ਲੈਵਲ ਦੇ ਉੱਤੇ ਪਹੁੰਚ ਰਹੇ ਹਾਂ ਜਿੱਥੇ ਇੱਕ ਵਾਰੀ ਫਿਰ ਇਸ ਨੂੰ ਐਂਡੈਮਿਕ ਜਿਹੜੀ ਉਹ ਬਣ ਸਕਦੀ ਹੈ। ਅਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਖਤਰੇ ਵਾਲੀ ਗੱਲ ਇਹ ਆ ਵੀ ਹੁਣ ਦੇਖੋ ਜੇ ਮੀਜ਼ਲਸ ਜਿਨ੍ਹਾਂ ਦੇ ਅਨਵੈਕਸੀਨੇਟਡ ਬੱਚੇ ਜਿੱਥੇ ਹੁਣ ਤੁਸੀਂ ਖੇਡਣ ਜਾਂਦੇ ਪਾਰਕਾਂ 'ਚ ਜਾਂਦੇ ਜਿੱਥੇ ਬੱਚੇ ਤੁਹਾਡੇ ਵੀ ਜਿਹੜੇ ਉਹ ਜਾਂਦੇ ਆ, ਜੇ ਉੱਥੇ ਆਉਂਦੇ ਆ ਅਤੇ ਇਸ ਵਾਇਰਸ ਦਾ ਜਿਹੜਾ ਫੈਲਣ ਦਾ ਜਿਹੜਾ ਖਤਰਾ ਆ ਬਹੁਤ ਜ਼ਿਆਦਾ ਉੱਥੋਂ ਵੱਧ ਜਾਂਦਾ ਆ। ਪਿਛਲੇ ਦਿਨਾਂ ਦੇ ਵਿੱਚ CDC ਨੇ ਇੱਕ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਸੀ ਵੀ ਕਿਹੜੀਆਂ ਕਿਹੜੀਆਂ ਉਹ ਥਾਵਾਂ ਹੈਗੀਆਂ ਨੇ ਜਿੱਥੇ ਜਿੱਥੇ ਉਹਨਾਂ ਨੂੰ ਖਤਰਾ ਆ ਵੀ ਜਿਹੜੇ ਮੀਜ਼ਲਸ ਵਾਲੇ ਜਿਹੜੇ ਬੱਚੇ ਆ ਜਾਂ ਉਸ ਤੋਂ ਪ੍ਰਭਾਵਿਤ ਜਿਹੜੇ ਲੋਕ ਆ ਉੱਥੇ ਹੋ ਕੇ ਗਏ ਨੇ। ਸੋ ਪਲੀਜ਼ ਆਪਣੇ ਬੱਚਿਆਂ ਨੂੰ ਵੈਕਸੀਨੇਟ ਜਿਹੜਾ ਉਹ ਸਮੇਂ ਸਿਰ ਟਾਈਮ ਸਿਰ ਕਰਾਓ। ਜੇ ਤੁਹਾਡੇ ਕੋਈ ਇਰਦ ਗਿਰਦ ਇੱਦਾਂ ਦਾ ਬੰਦਾ ਜੇ ਕੋਈ ਹੈਗਾ ਤੁਹਾਨੂੰ ਲੱਗਦਾ ਵੀ ਉਹ ਕਹਿੰਦਾ ਵੀ ਵੈਕਸੀਨੇਸ਼ਨ ਨਾਲ ਇਹ ਹੋ ਜਾਂਦਾ ਉਹ ਹੋ ਜਾਂਦਾ, ਅਤੇ ਦੁਨੀਆ ਭਰ ਦੇ ਵਿੱਚ ਦੇਖੋ ਵੀ ਆਲੇ ਦੁਆਲੇ ਤੁਹਾਡੇ ਕਿੰਨੇ ਜਾਣੇ ਸਾਰੇ ਵੈਕਸੀਨੇਟਡ ਨੇ, ਸਭ ਚੰਗੇ ਭਲੇ ਹੈਗੇ ਨੇ ਅਤੇ ਇਹਨਾਂ ਬਿਮਾਰੀਆਂ ਤੋਂ ਬਚੇ ਹੋਏ ਨੇ। ਇਹ ਤਾਂ ਉਦੋਂ ਉਸ ਸਮੇਂ ਦੀਆਂ ਗੱਲਾਂ ਸੀ ਜਦੋਂ ਨਹੀਂ ਸੀ ਕੁਛ ਹੁੰਦਾ ਅਤੇ ਉਦੋਂ ਬੰਦਾ ਚਲੋ ਬੰਦਾ ਕਹਿੰਦਾ ਵੀ ਆਹ ਕਰ ਸਕਦੇ ਹਾਂ ਉਹ ਕਰ ਸਕਦੇ ਹਾਂ, ਪਰ ਹੁਣ ਜਦੋਂ ਵੈਕਸੀਨੇਸ਼ਨ ਹੈਗੀ ਆ ਸਮੇਂ ਸਿਰ ਵੈਕਸੀਨੇਸ਼ਨ ਜਿਹੜੀਆਂ ਉਹ ਜ਼ਰੂਰ ਲਵਾਈਆਂ ਜਾਣ। ਸੋ ਯੂਸੀ ਡੇਵਿਸ ਵੱਲੋਂ ਇੱਕ ਪੂਰੀ ਤਰ੍ਹਾਂ ਵਾਰਨਿੰਗ ਦਿੱਤੀ ਗਈ ਆ, ਕਹਿੰਦੇ ਵੀ ਜੇ ਪੇਰੈਂਟਸ ਨੂੰ ਲੱਗਦਾ ਵੀ ਤੁਹਾਡੇ ਬੱਚੇ ਨੂੰ ਮੀਜ਼ਲਸ ਦਾ ਕੁਛ ਨਾ ਕੁਛ ਇੰਡੀਕੇਸ਼ਨ ਆ, ਰਾਈਟ ਵੇ ਹੋਸਪਿਟਲ ਲੈ ਕੇ ਜਾਓ ਕਿਉਂਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸੈਪਰੇਟ ਕੀਤਾ ਜਾਊਗਾ ਆਈਸੋਲੇਸ਼ਨ ਦੇ ਵਿੱਚ, ਕਿਉਂਕਿ ਇਹ ਇੱਕ ਦੂਜੇ ਤੋਂ ਜਿਹੜੀ ਬਿਮਾਰੀ ਆ ਬਹੁਤ ਫੈਲਦੀ ਹੈਗੀ ਆ।
ਜੀ 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 ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਅੱਜ ਦਾ ਸਮਾਂ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ ਉਦੋਂ ਤੱਕ ਲਈ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਾਈ ਨਵੀਂ ਮਸਟੈਂਕ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ।